ਉਸ ਤੋਂ ਬਾਅਦ ਜਿਹੜੀ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ, ਅਸੀਂ ਅੱਜ ਪਹੁੰਚੇ ਹਾਂ ਸਿੱਧੂ ਮੂਸੇ ਵਾਲੇ ਦੇ ਪਿੰਡ ਮੂਸੇ ਵਾਲਾ, ਜਿੱਥੇ ਕਿ ਅੱਜ ਕਾਂਗਰਸ ਪਾਰਟੀ ਦੇ ਨਵਜੋਤ ਸਿੰਘ ਸਿੱਧੂ ਸਿੱਧੂ ਮੂਸੇ ਵਾਲੇ ਦੇ ਮਾਤਾ ਪਿਤਾ ਨਾਲ ਦੁੱਖ ਵੰਡਾਉਣ ਲਈ ਪਹੁੰਚੇ ਹੈ। ਆਓ ਦੇਖਦੇ ਹਾਂ ਕੀ ਕਹਿ ਰਹੇ ਹੈ ਨਵਜੋਤ ਸਿੰਘ ਸਿੱਧੂ। ਉਹ ਕਿਸੇ ਪਾਰਟੀ ਨਾਲ ਨਹੀਂ ਬੰਨਿਆ ਜਾ ਸਕਦਾ, ਉਹ ਕਿਸੇ ਇਕੱਲੇ ਸੂਬੇ ਨਾਲ ਨਹੀਂ ਬੰਨਿਆ ਜਾ ਸਕਦਾ, ਉਹ ਪੂਰੀ ਦੁਨੀਆ ਦੇ ਵਿੱਚ ਇੱਕ ਖੁਸ਼ਬੂ ਸੀ, ਇੱਕ ਰੱਬ ਦੀ ਮਿਹਰ ਸੀ, ਇੱਕ ਐਸੀ ਖੁਸ਼ਬੂ ਸੀ ਜਿਹੜੀ ਵਿਲੱਖਣ ਸੀ, ਜਿਹੜੀ ਸਾਡੇ ਸੂਬੇ ਦੀ ਸ਼ਾਨ ਸੀ। ਸਿੱਧੂ ਮੂਸੇ ਵਾਲੇ ਨੂੰ ਤੁਸੀਂ ਸੀਮਿਤ ਕਰਕੇ ਨਹੀਂ ਦੇਖ ਸਕਦੇ, ਉਹ ਇੱਕ ਕੌਮ ਦੀ ਪ੍ਰੇਰਣਾ ਸੀ, ਨੌਜਵਾਨਾਂ ਦੇ ਲਈ ਇੱਕ ਆਈਕੋਨ ਸੀ। ਔਰ ਨੌਜਵਾਨ ਇਕੱਲੇ ਇੱਥੇ ਨਹੀਂ, ਅਮਰੀਕਾ ਤੋਂ ਲੈ ਕੇ ਪਤਾ ਨਹੀਂ ਕਿੱਥੇ ਕਿੱਥੇ ਤੱਕ, ਬਾਲੀਵੁੱਡ ਤੱਕ ਉਹਦਾ ਲੋਹਾ ਸੀ। ਇਸ ਕਰਕੇ ਮੈਂ ਇਹਨੂੰ ਕਿਸੇ ਛੋਟੇ ਦਾਇਰੇ ਦੇ ਵਿੱਚ ਦੇਖਣਾ ਨਹੀਂ ਚਾਹੁੰਦਾ। ਔਰ ਜੋ ਉਹਦੇ ਨਾਲ ਹੋਇਆ, ਕਿੱਡੀ ਵੱਡੀ ਸ਼ਖਸੀਅਤ ਨਾਲ ਕਿੱਡੀ ਛੋਟੀ ਗੱਲ ਹੋਈ ਹੈ, ਤੁਸੀਂ ਇਹ ਦੇਖੋ ਕਿ ਕੀ ਇਹ ਅਹਿਮ ਸਵਾਲ ਨਹੀਂ ਕਿ ਜਿਹੜੀ ਕਾਨੂੰਨ ਤੇ ਵਿਵਸਥਾ ਦੀ ਪਤਨ ਦੀ ਕਹਾਣੀ ਹੈ, ਕੀ ਉਹ ਵਾਸਤਵ ਦੇ ਵਿੱਚ ਵੈਸੀ ਹੈ ਜਿਹੋ ਜਿਹੀ ਦਿਖਾਈ ਜਾਂਦੀ ਹੈ, ਜਾਂ ਇਹਦੇ ਪਿੱਛੇ ਕੋਈ ਰਾਜਨੀਤਿਕ ਸਾਜਿਸ਼ ਹੈ। ਇਹ ਸਵਾਲ ਹੈ, ਇਹ ਦੁਨੀਆ ਦੇ ਵਿੱਚ ਅੱਜ ਸਵਾਲ ਹੈ ਕਿ ਰਾਜਨੀਤਿਕ ਸਾਜਿਸ਼ ਤਾਂ ਨਹੀਂ ਇਹਦੇ ਪਿੱਛੇ। ਦੇਖੋ ਕਾਨੂੰਨ ਵਿਵਸਥਾ ਕੋਈ ਵੀ ਹੈ, ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਹੈ ਜਾਨ ਮਾਲ ਦੀ ਰਖਵਾਲੀ, ਇਹ ਪਹਿਲਾ ਫੰਡਾਮੈਂਟਲ ਰਾਈਟ। ਤੇ ਫਿਰ ਮੈਂ ਇਹ ਪੁੱਛਣਾ ਚਾਹੁੰਦਾ ਕਿ ਅਸਲ ਗੱਲ ਸਰਕਾਰਾਂ ਬਚਾਉਣ ਵਾਲੀਆਂ ਨੇ ਕਿ ਮਰਵਾਉਣ ਵਾਲੀਆਂ। ਇਹ ਜਿਗਰਾ ਹੈ ਸੱਚ ਬੋਲਣ ਦਾ, ਕਿਉਂਕਿ ਇਹ ਅਗਲੀ ਪੀੜ੍ਹੀ ਦੀ ਲੜਾਈ ਹੈ। ਸਰਕਾਰਾਂ ਆਰ ਦੇ ਸਪੋਜ਼ ਟੂ ਪ੍ਰੋਟੈਕਟ ਔਰ ਪਰਪੇਟ੍ਰੇਟ ਕ੍ਰਾਈਮ। ਅੱਜ ਦੁਨੀਆ ਇਹ ਗੱਲ ਕਰਦੀ ਹੈ, ਕੋਈ ਸਾਫ ਆਵੇ ਗੱਲ ਕਰੇ ਨਾ ਕਰੇ, ਲੇਕਿਨ ਮੈਂ ਕਰੂੰ ਔਰ ਉਹ ਗੱਲ ਕਰੂੰ ਜਿਹੜੀ ਹਾਲੇ ਤੱਕ ਕਿਸੇ ਨੇ ਕੀਤੀ ਨਹੀਂ। ਵਿਸ਼ਵ ਦਾ ਪ੍ਰਸਿੱਧ ਗਲੋਬਲ ਸਟਾਰ ਸਿੱਧੂ ਮੂਸੇਵਾਲਾ, ਉਹਦੀ ਸੁਰੱਖਿਆ 'ਚ ਕਮੀ ਕਿਉਂ ਕੀਤੀ ਗਈ? ਕਦੇ ਹੋਇਆ ਕਿ ਜਦੋਂ ਤੁਸੀਂ ਸੁਰੱਖਿਆ ਵਿਡਰਾਅ ਕਰੋ, ਜਦੋਂ ਤੁਸੀਂ ਸੁਰੱਖਿਆ ਵਿਡਰਾਅ ਕਰੋ ਉਹਨੂੰ ਪਬਲਿਕ ਕਰ ਦਿਓ, ਇਹ ਨੋਰਮ ਹੀ ਹੈ ਨਹੀਂ? ਜੋ ਉਹਦੇ ਨਾਲ ਹੋਇਆ ਅੱਜ ਦੂਸਰੇ ਸਿੱਧੂ ਨਾਲ ਵੀ ਹੋ ਰਿਹਾ, ਪਰਵਾਹ ਨਹੀਂ। ਜ਼ੈਡ ਪਲੱਸ ਸਿਕਿਉਰਿਟੀ ਸੀ, ਅੱਜ 13 ਬੰਦੇ ਰਹਿ ਗਏ। ਕਿਉਂ? ਕਿਉਂਕਿ ਜਿਵੇਂ ਉਹਨੂੰ ਚੁੱਪ ਕਰਾਉਣਾ ਚਾਹੁੰਦੇ ਸੀ, ਉਵੇਂ ਨਵਜੋਤ ਸਿੰਘ ਸਿੱਧੂ ਇਮੋਬਲਾਈਜ਼ ਹੋ ਜਾਏ, ਘਰੋਂ ਨਾ ਨਿਕਲੇ। ਸਿੱਧੂ ਸੱਚ ਨਾ ਬੋਲੇ, ਸਿੱਧੂ ਨੂੰ ਰਾਜਨੀਤਿਕ ਲਾਭ ਦੇ ਲਈ ਸਿਕਿਉਰਟੀਆਂ ਪਿੱਛੇ ਕਰ ਲਓ, ਟਾਰਗੇਟ ਬਣਾ ਲਓ। ਤੇ ਮੈਂ ਇਹ ਕਹਿਣਾ ਚਾਹੁੰਦਾ ਔਰ ਬੜੀ ਛਾਤੀ ਠੋਕ ਕੇ ਕਹਿਣਾ ਚਾਹੁੰਦਾ ਕਿ ਮੈਂ ਤੇ ਮੌਤ ਤੋਂ ਡਰਦਾ ਹੀ ਨਹੀਂ, ਨਫੇ ਨੁਕਸਾਨ ਤੋਂ ਉੱਤੇ ਹੈ ਸਭ ਕੁਛ, ਨਫੇ ਨੁਕਸਾਨ ਤੋਂ ਉੱਤੇ ਹੈ। ਇੱਕ ਕਹਾਣੀ ਸੁਣਾਉਣਾ ਚਾਹੁੰਦਾ ਕਿ ਬਾਬੇ ਫਰੀਦ ਨੇ ਇੱਕ ਦਿਨ ਦੁੱਧ ਲੈਣ ਗਿਆ ਉਹ ਬਾਬਾ ਜੀ, ਤੇ ਉਹਨਾਂ ਨੇ ਇੱਕ ਕੁੜੀ ਤੋਂ ਆਨਾ ਦੋ ਆਨਾ ਦੁੱਧ ਲੈਂਦੇ ਰਹੇ ਤੇ ਇੱਕ ਸਟੇਜ ਐਸੀ ਆ ਗਈ ਕਿ ਕਾਫੀ ਹੋਰ ਲੋਕ ਆਏ ਤੇ ਇੱਕ ਖੂਬਸੂਰਤ ਜਿਹਾ ਨੌਜਵਾਨ ਉਹ ਆਇਆ, ਉਹਨੇ ਕੁੜੀ ਵੱਲ ਦੇਖ ਕੇ ਮੁਸਕਰਾਇਆ ਤੇ ਕੁੜੀ ਨੇ ਸਾਰੇ ਦਾ ਸਾਰਾ ਡੋਲੂ ਤੇ ਠਾ ਦੇਣੇ ਮਾਰਿਆ। ਬਾਬਾ ਜੀ ਕਹਿੰਦੇ ਬਾਈ ਸਾਨੂੰ ਤੇ ਤੋਲ ਮੋਲ ਕੇ ਗਿਣਤੀ ਮਿਣਤੀ ਕਰਕੇ ਨਫੇ ਨੁਕਸਾਨ ਨੂੰ ਦੇਖ ਕੇ ਤੇ ਇੱਥੇ ਸਾਰਾ ਸਿੱਟਾ। ਉਹ ਕਹਿੰਦੀ ਬਾਬਾ ਜੀ ਜਿੱਥੇ ਸੱਚਾ ਇਸ਼ਕ ਹੁੰਦਾ ਨਾ ਉੱਥੇ ਨਫਾ ਨੁਕਸਾਨ ਨਹੀਂ ਦੇਖਦਾ, ਉੱਥੇ ਗਿਣਤੀਆਂ ਮਿਣਤੀਆਂ ਨਹੀਂ ਹੁੰਦੀਆਂ। ਜਿਹੜਾ ਪੰਜਾਬ ਦੇ ਨਾਲ ਨਵਜੋਤ ਸਿੰਘ ਸਿੱਧੂ ਦਾ ਇਸ਼ਕ ਸਮਝੂਗਾ ਨਾ, ਇਸ਼ਕ ਰੱਬ ਨਾਲ ਵੀ ਹੁੰਦਾ, ਆਪਣੀ ਮਿੱਟੀ ਮਾਤਰ ਭੂਮੀ ਨਾਲ ਵੀ ਹੁੰਦਾ ਤੇ ਕਈਆਂ ਨੂੰ ਹੋਰ ਤਰ੍ਹਾਂ ਵੀ ਹੁੰਦਾ। ਸਮਝ, ਇਸ਼ਕ ਦਾ ਮਤਲਬ ਇਹ ਹੈ ਕਿ ਬਦਲੇ 'ਚ ਕੁਛ ਮੰਗਣਾ। ਅਹੁਦੇ ਕੋਈ ਲੀਡਰ ਨਹੀਂ ਬਣਾਉਂਦੇ, ਅਹੁਦਾ ਕਦੇ ਲੀਡਰ ਨਹੀਂ ਬਣਾਉਂਦਾ, ਲੀਡਰ ਕ੍ਰੈਡੀਬਿਲਿਟੀ ਬਣਾਉ, ਕ੍ਰੈਡੀਬਿਲਿਟੀ ਕਿਰਦਾਰ। ਤੁਸੀਂ ਸਿੱਧੂ ਮੂਸੇਵਾਲੇ ਦੀਆਂ ਇੰਟਰਵਿਊਆਂ ਸੁਣਿਓ, ਜਿਹੜੀਆਂ ਪਹਿਲੀਆਂ ਇੰਟਰਵਿਊਆਂ ਨੇ ਉਹਦੇ 'ਚ ਤੁਹਾਨੂੰ ਬੜਾ ਕੁਛ ਸਾਫ਼ ਹੋਜੂ ਵੀ ਉਹ ਬੰਦਾ ਪੈਸੇ ਲਈ ਨਹੀਂ ਸੀ ਆਇਆ, ਔਰ ਜਿਹਨਾਂ ਦੇ ਖਿਲਾਫ਼ ਬੋਲਦਾ ਸੀ ਬਹੁਤ ਵੱਡੀਆਂ ਤਾਕਤਾਂ ਸੀ। ਦੇਖਿਓ ਔਰ ਤੁਹਾਨੂੰ ਬੜਾ ਕੁਛ ਕਲੀਅਰ ਹੋਊ। ਸਵਾਲ ਆਉਂਦਾ ਉਦੋਂ ਬਾਅਦ ਗੈਂਗਸਟਰਾਂ ਦਾ, ਕੀ ਗੈਂਗਸਟਰ ਵਾਕਈ ਇਹ ਕਰਦੇ ਜਾਂ ਗੈਂਗਸਟਰ ਮੋਹਰੇ ਨੇ ਜਾਂ ਗੈਂਗਸਟਰ ਸਿਰਫ ਭਟਕੇ ਹੋਏ ਨੌਜਵਾਨ ਨੇ? ਸਾਡੇ ਹੀ ਭਟਕੇ ਹੋਏ ਨੌਜਵਾਨ ਨੇ ਜਿਹੜੇ ਹਿਰਾਸਤ 'ਚ ਨੇ ਔਰ ਜਿਹਨਾਂ ਨੂੰ ਵਰਤਿਆ ਜਾਂਦਾ, ਜਿਹਨਾਂ ਨੂੰ ਵਰਤਿਆ ਜਾਂਦਾ ਰਾਜਨੀਤਿਕ ਸਵਾਰਥ ਔਰ ਮਨਸੂਬੇ ਪੂਰੇ ਕਰਨ ਲਈ, ਰੋਪੀਆਂ ਦੇ ਇਸਤੇਮਾਲ ਕਰਨ ਲਈ।
ਇਹ ਬਹੁਤ ਵੱਡਾ ਮੁੱਦਾ ਸਾਹਿਬ ਮੈਂ ਜੋ ਗੱਲ ਕਰ ਰਿਹਾ ਅੱਜ ਉਹ ਆਪਣੇ ਲਈ ਨਹੀਂ ਉਹ ਇਹ ਗੱਲ ਕਰ ਰਿਹਾ ਕਿ ਸਭ ਤੋਂ ਵੱਡਾ ਬੋਝ ਦੁਨੀਆ ਦੇ ਵਿੱਚ ਅੱਜ ਇਸ ਸ਼ਖਸ ਨੇ ਚੁੱਕਿਆ ਹੋਇਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕਿਹਾ ਸੀ ਦੁਨੀਆ ਦਾ ਸਭ ਤੋਂ ਵੱਡਾ ਬੋਝ ਹੈ ਬਾਪ ਦੇ ਘਨੇੜੇ ਦੇ ਉੱਤੇ ਬੇਟੇ ਦਾ ਜਨਾਜ਼ਾ ਇਸ ਬੋਝ ਨੂੰ ਹਲਕਾ ਵੀ ਕਰਨਾ ਚਾਹੁੰਦਾ ਹਲਕਾ ਵੀ ਕਰਨਾ ਚਾਹੁੰਦਾ ਬਲੂੰਦਰੇ ਜਿਹੜੇ ਪੰਜਾਬ ਦੇ ਹਿਰਦੇ ਰੋਂਦੀਆਂ ਮਾਵਾਂ ਉਹਨਾਂ ਨੂੰ ਆਸ਼ਵਾਸਨ ਵੀ ਦੇਣਾ ਚਾਹੁੰਦਾ ਕਿ ਜਿਵੇਂ ਪਿਆਜ਼ ਦੀਆਂ ਪਰਤਾਂ ਖੁੱਲਦੀਆਂ ਨੇ ਨਾ ਉਵੇਂ ਸੱਚ ਸਾਹਮਣੇ ਆਏ ਸੱਚ ਸਾਹਮਣੇ ਆਏਗਾ ਔਰ ਇਹਦਾ ਜਵਾਬ ਨਹੀਂ ਆਉਣਾ ਮਿੱਤਰ ਪਿਆਰੇ ਹੋ ਜਦੋਂ ਸਿਕਿਉਰਿਟੀ ਵਿਦਡਰਾਅ ਕਰਦੇ ਹੋ ਉਦੋਂ ਖੁੱਲ੍ਹੇ ਆਮ ਅਨਾਊਂਸਮੈਂਟਾਂ ਕਰਦੇ ਹੋ ਇਹ ਕਿਵੇਂ ਇਹ ਕਿਉਂ ਲੋਕਾਂ ਨੂੰ ਚੁੱਪ ਕਰਾਉਣ ਵਾਸਤੇ ਦਾਬੇ ਮਾਰਨ ਵਾਸਤੇ ਅੱਜ ਤੋਂ 11 ਮਹੀਨੇ ਪਹਿਲਾਂ ਮੈਂ ਕਿਹਾ ਸੀਗਾ ਸੀਐਮ ਸਾਹਿਬ ਤੁਸੀਂ ਉਹੀ ਹੋ ਨਾ ਜਿਹੜੇ ਕਹਿੰਦੇ ਹੁੰਦੇ ਸੀ ਮੈਂ ਤਾਂ ਤਿੰਨਾਂ ਬਾਡੀ ਗਾਰਡਾਂ ਨਾਲ ਫਿਰਦਾ ਲੋੜ ਕੀ ਹੈ ਗਨਮੈਨਾਂ ਦੀ ਵੀਆਈਪੀ ਕਲਚਰ ਕੀ ਹੈ ਇਹ ਤਾਂ ਐਵੇਂ ਚੀਜ਼ਾਂ ਨੇ ਇਹਨਾਂ ਦੀ ਜ਼ਰੂਰਤ ਹੀ ਹੈ ਨਹੀਂ ਔਰ ਤੁਸੀਂ ਇਹ ਵੀ ਕਿਹਾ ਸੀ ਵੀ ਭਾਈ ਇਹਨੂੰ ਕੀ ਲੋੜ ਹੈ 12 ਤੋਂ 2 ਕਰਦੇ ਸੀ ਠੀਕ ਹੈ ਤੇ ਆਪਣੇ ਅੱਜ ਤੁਸੀਂ ਮੋਸਟ ਪ੍ਰੋਟੈਕਟਡ ਸੀਐਮ ਹੋ ਜਦੋਂ ਤੁਹਾਡਾ ਕਾਫਲਾ ਚੱਲਦਾ ਧੂੜ ਚ ਦੀਂਦੀ ਨਹੀਂ ਗੱਡੀ ਸਮਝਦੇ ਹੋ ਐਂ ਤਾਂ ਬੇਪੈਂਦੀ ਦਾ ਲੋਟਾ ਨਹੀਂ ਬਦਲਦਾ ਇਹ ਕਿੱਧਰ ਘੁੰਮ ਗਏ ਹੋ ਇਹ ਕਿਹੜੀ ਛੋਟੀ ਸਿਆਸਤ ਚ ਪੈ ਗਏ ਹੋ ਤੇ ਗੈਂਗਸਟਰਾਂ ਦੀ ਜਿੱਥੇ ਤੱਕ ਗੱਲ ਹੈ ਮਿੱਤਰ ਪਿਆਰਿਓ ਗੈਂਗਸਟਰ ਪੁਲਿਸ ਦੀ ਹਿਰਾਸਤ ਚ ਹੁੰਦੇ ਆ ਜੇਲ੍ਹਾਂ ਦੇ ਵਿੱਚ ਇੱਕ ਬੜੀ ਖਾਸ ਗੱਲ ਹੈ ਜੇਲ੍ਹ ਮੰਤਰੀ ਸਾਹਿਬ ਨੇ ਮੇਰੇ ਛੋਟੇ ਭਰਾ ਨੇ ਕਦੇ ਕਿਸੇ ਜ਼ਮਾਨੇ 'ਚ ਮੈਨੂੰ ਗੁਰੂ ਕਹਿੰਦੇ ਹੁੰਦੇ ਮੇਰੇ ਤਾਂ ਗੁਰੂ ਜੀ ਨੇ ਜਦੋਂ ਆਊਟ ਹੁੰਦੇ ਨੇ ਮੈਂ ਟੀਵੀ ਬੰਦ ਕਰ ਦਿੰਦਾ ਸੀ ਉਹ ਜੇਲ੍ਹ ਮੰਤਰੀ ਨੇ ਮੈਂ ਉਹਨਾਂ ਨੂੰ ਪੁੱਛਦਾ 10 ਰੁਪਏ ਦੀ ਜਰਦੇ ਦੀ ਪੂੜੀ 2000 ਦੀ ਵਿਕਦੀ ਹੈ ਅੰਦਰ ਇਹੋ ਜਿਹਾ ਬਿਜ਼ਨਸ ਕਿਵੇਂ ਚੱਲ ਰਿਹਾ ਅੰਦਰ ਤੇ ਤੁਸੀਂ ਕਹਿੰਦੇ ਹੋ ਵੀ ਗੈਂਗਸਟਰ ਅੰਦਰੋਂ ਚਲਾ ਰਹੇ ਨੇ ਔਰ ਗੈਂਗਸਟਰ ਇਹ ਸਾਰਾ ਕੁਛ ਕਰਾ ਰਹੇ ਨੇ ਮੈਂ ਕਹਿੰਦਾ ਅਮਰੀਕਾ ਕੈਨੇਡਾ ਜਿੱਥੇ ਮਰਜ਼ੀ ਦੇਖ ਲਓ ਜੇਲ੍ਹਾਂ ਦੇ ਆਲੇ ਦੁਆਲੇ ਸੈਟੇਲਾਈਟ ਲੱਗਿਆ ਹੋਇਆ ਅੰਦਰ 10 ਲੱਖ ਫੋਨ ਸਿੱਟਦੇ ਹੋ ਇੱਕ ਨਹੀਂ ਚੱਲੂਗਾ ਤੁਸੀਂ 2G ਲਾਉਂਦੇ ਹੋ ਜੈਮਰ ਤੇ ਗੈਂਗਸਟਰਾਂ ਦੇ ਕੋਲ 5G ਫੋਨ ਫਿਰ ਉਹਨਾਂ ਦੀਆਂ ਇੰਟਰਵਿਊਆਂ ਚੱਲਦੀਆਂ ਨੇ ਇਹਦਾ ਮਤਲਬ ਤੁਸੀਂ ਉਹਨਾਂ ਨੂੰ ਤਾਂ ਵਰਤਦੇ ਹੋ ਉਹਨਾਂ ਨੇ ਤਾਂ ਹਥਕੜੀਆਂ ਨੂੜੀਆਂ ਅੰਦਰ ਪਏ ਆ ਉਹਨੂੰ ਤਾਂ ਦਿਖਾਉਂਦੇ ਹੋ ਵੀ ਇਹਨੇ ਐਂ ਕਹਿਤਾ ਉਹਨੇ ਉਹ ਕਹਿਤਾ ਕਰਾਉਣ ਵਾਲੇ ਤਾਂ ਹੈ ਹੀ ਹੋਰ ਕੋਈ ਐਡੇ ਜਿਹੜੇ ਜ਼ਬਰਦਸਤ ਹਥਿਆਰ ਇਸ ਤਰੀਕੇ ਦੇ ਨਾਲ ਕਰਕੇ ਨਿਕਲ ਜਾਣਾ ਇੱਕ ਸੂਬੇ ਨੂੰ ਬਦਨਾਮ ਕਰਨ ਦੀ ਸਾਜਿਸ਼ ਹੈ ਇੱਕ ਸੂਬੇ ਨੂੰ ਇਹ ਦਿਖਾਉਣ ਦੀ ਸਾਜਿਸ਼ ਹੈ ਵੀ ਇੱਥੇ ਲਾਅ ਐਂਡ ਆਰਡਰ ਹੈ ਹੀ ਨਹੀਂ ਇੱਥੇ ਲਾਅ ਐਂਡ ਆਰਡਰ ਹੈ ਨਹੀਂ ਮਹਾਰਾਜ ਸੀਐਮ ਸਾਹਿਬ ਛੋਟੇ ਵੀਰ ਮੈਂ ਕਹਾਂ ਕਿ ਜਦੋਂ ਚਰਨਜੀਤ ਚੰਨੀ ਨੇ ਆਲ ਪਾਰਟੀ ਮੀਟਿੰਗ ਬੁਲਾਈ ਸੀ BSF ਲੱਗੀ ਸੀ ਤੇ ਤੁਸੀਂ ਮੇਰੇ ਸਾਹਮਣੇ ਔਰ ਮੈਂ ਤੁਹਾਨੂੰ ਮੁਬਾਰਕ ਦਿੱਤੀ ਸੀ ਜਾ 20 ਪਾਰਟੀਆਂ ਦੇ ਸਾਹਮਣੇ ਦਿੱਤੀ ਸੀ ਤੁਸੀਂ ਕਹਿੰਦੇ ਸੀ ਚੀਫ ਮਿਨਿਸਟਰ ਨੂੰ ਉਦੋਂ ਨੇ ਕਿ ਕਿਹੜੀ ਡੀਲ ਸਾਈਨ ਕਰਕੇ ਆਇਆ ਕਿਉਂ ਪੰਜਾਬ ਨੂੰ ਵੇਚ ਕੇ ਆਇਆ ਤੇ ਹੁਣ ਮਿੱਤਰ ਪਿਆਰੇ 50-50 ਕੰਪਨੀਆਂ ਲਈ ਆਉਣਾ ਤੂੰ ਕਿਹੜੀ ਮੈਗਾ ਡੀਲ ਸਾਈਨ ਕੀਤੀ ਹੈ ਮਿੱਤਰ ਪਿਆਰਿਓ ਮੇਰੇ ਛੋਟੇ ਭਾਈ ਦੱਸ ਨਾ ਹੁਣ ਕਿਹੜੀ ਮੈਗਾ ਡੀਲ ਸਾਈਨ ਕੀਤੀ ਆਵਾਜ਼ ਨਹੀਂ ਨਿਕਲਦੀ ਹਾਈਐਸਟ ਕ੍ਰਾਈਮ ਰੇਟ ਪੰਜਾਬ ਦਾ ਹਾਈਐਸਟ ਕ੍ਰਾਈਮ ਰੇਟ DGP ਦੀ ਸਟੇਟਮੈਂਟ ਦਿਨ 'ਚ 2 ਮਰਦੇ ਆ ਕਿਤੇ ਫਰੌਤੀਆਂ ਕਿਤੇ ਉਹ ਇਹ ਉਹ ਸੂਬਾ ਹੈ ਜਿਹੜਾ ਨੰਬਰ 1 ਸੀ ਸ਼ਹਿਰ ਕੀ ਚਾਹੁੰਦਾ ਅਮਨ ਮਾਨ ਚਾਹੁੰਦਾ ਸ਼ਹਿਰ ਕੀ ਚਾਹੁੰਦਾ ਸ਼ਹਿਰ ਬਿਜ਼ਨਸ ਚਾਹੁੰਦਾ ਸ਼ਹਿਰ ਕੀ ਚਾਹੁੰਦਾ ਮੌਲਾਂ 'ਚ ਗਾਹਕ ਚਾਹੁੰਦਾ 4 ਪੈਸੇ ਇੱਜ਼ਤ ਦੇ ਕਮਾਉਣੇ ਚਾਹੁੰਦਾ ਤੇ ਵੱਡੀਆਂ ਤਾਕਤਾਂ ਇਹ ਦਿਖਾਉਣਾ ਚਾਹੁੰਦੀਆਂ ਨੇ ਵੀ ਹੁਣ ਦੂਜੇ ਸੂਬਿਆਂ 'ਚ ਅਮਨ ਮਾਨ ਹੈ ਤੇ ਜਿੱਥੇ ਸੱਤਾ ਹੈ ਨਹੀਂ ਉੱਥੇ ਤੇ ਬਹੁਤ ਜ਼ਿਆਦਾ ਹਾਲਤ ਖਰਾਬ ਹੈ ਇਲੈਕਸ਼ਨ ਦੇ ਕੋਲ ਹੀ ਕਿਉਂ ਖਰਾਬ ਹੁੰਦੀ ਹੈ ਹਾਂਜੀ ਉੱਥੇ ਤੇ ਬਹੁਤ ਜ਼ਿਆਦਾ ਹਾਲਤ ਖਰਾਬ ਹੈ ਔਰ ਇਹਦਾ ਇਫੈਕਟ ਕੀ ਹੁੰਦਾ ਬਿਜ਼ਨਸ ਠੱਪ ਇਹਦਾ ਇਫੈਕਟ ਕੀ ਹੁੰਦਾ ਜਿਹਦੀਆਂ ਇਨਵੈਸਟਮੈਂਟਾਂ ਦੀਆਂ ਗੱਲਾਂ ਕਰਦੇ ਹੋ ਇਹ ਕਾਗਜ਼ਾਂ 'ਚ ਹੀ ਨੇ ਕੋਈ ਆਉਂਦਾ ਨਹੀਂ BMW ਪਲਾਂਟ ਆ ਗਿਆ ਫਲਾਨਾ ਆ ਗਿਆ ਟਮਕਾਨਾ ਆ ਗਿਆ ਇੱਕ ਸਾਲ ਦੇ ਥੋਤੋਂ ਬੰਦੇ ਹੀ ਨਹੀਂ ਫੜੇ ਗਏ ਫਲਾਨਾ ਗੈਂਗਸਟਰ ਫਿਰ ਦੂਜੇ ਗੈਂਗਸਟਰ ਕੋਲ ਕੋਈ ਫਲਾਨੇ ਉਹ ਪਹਿਲਾਂ ਪਰਿਵਾਰ ਨੂੰ ਤਾਂ ਪੁੱਛ ਲਓ ਉਹ ਭਾਈ ਪਰਿਵਾਰ ਨੂੰ ਤਾਂ ਪੁੱਛ ਲਓ ਕਿ FIR 'ਚ ਨਾਮ ਕਿਹਦਾ ਦਰਜ ਕਰਾਉਣਾ ਚਾਹੁੰਦੇ ਆ ਕਹਿੰਦੇ ਡਾਂਗ ਮਾਰੋ ਨਾ ਜਿਹਦੇ ਡਾਂਗ ਵੱਜੀ ਹੁੰਦੀ ਹੈ ਥਾਣੇ 'ਚ ਖੜਦਾ ਜਾ ਕੇ ਤੇ ਥਾਣੇ 'ਚ ਕਹਿੰਦਾ ਜੀ ਫਲਾਨਾ 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 FIR ਦਰਜ ਹੁੰਦੀ ਹੈ ਤੇ ਫਿਰ FIR ਤੋਂ ਬਾਅਦ ਕਾਨੂੰਨ ਆਪਣੀ ਕਾਰਵਾਈ ਕਰਦਾ ਜੇ ਤੁਸੀਂ ਦੋਸ਼ੀ ਹੋ ਤੇ ਸਜ਼ਾ ਹੁੰਦੀ ਹੈ ਨਹੀਂ ਤੇ ਛੱਡ ਦਿਓ ਭਾਈ ਤਫਤੀਸ਼ 'ਚ ਛੱਡ ਦਿਓ ਇਨਵੈਸਟੀਗੇਸ਼ਨ ਛੱਡ ਦਿਓ ਉਹ ਵੇਖੋ ਇਸ ਬਾਪ ਨੂੰ
ਇਹ ਪੰਜਾਬ ਹੈ ਪੂਰਾ, ਇਹ ਪੰਜਾਬ ਦਾ ਬੋਝ ਲਈ ਫਿਰਦਾ ਹੈ। ਕੱਲਾ ਇਹਦੇ ਤੇ ਨਹੀਂ ਹੋ ਸਕਦਾ, ਇਹ ਕੱਲ ਨੂੰ ਮੇਰੇ ਨਾਲ ਹੋ ਸਕਦਾ, ਤੇਰੇ ਨਾਲ ਹੋ ਸਕਦਾ, ਮਿੱਤਰ ਪਿਆਰੇ ਤੇਰੇ ਨਾਲ ਹੋ ਸਕਦਾ। ਇਹ ਸੂਬਾ ਨੰਬਰ 1 ਸੂਬਾ, ਇਹ ਕਿਸੇ ਨਾਲ ਵੀ ਹੋ ਸਕਦਾ। ਅੱਗੇ ਤੁਸੀਂ ਕਹਿੰਦੇ ਸੀ ਵੀ ਡਰੱਗਸ ਜਿਹੜੀਆਂ ਨੇ ਇਹ ਤਾਂ ਦਰਿਆ ਹੈ ਤਾਂ ਸਮੁੰਦਰ ਹੈ, ਅੱਜ ਸਮੁੰਦਰ ਅੰਡਰ ਟ੍ਰਾਇਲ ਲੋਕਾਂ ਕੋਲ, ਜੇਲ੍ਹ ਮੰਤਰੀ ਸਾਹਿਬ ਅੰਡਰ ਟ੍ਰਾਇਲ ਲੋਕਾਂ ਕੋਲ, ਉਹਨਾਂ ਤੋਂ ਕੰਮ ਨਹੀਂ ਲੈ ਸਕਦੇ। ਸ਼ਾਮ ਨੂੰ ਇੱਕ ਜਰਦੇ ਦੀ ਪੁੜੀ ਖਾਤਰ, ਜਰਦੇ ਦੀ ਪੁੜੀ ਖਾਤਰ ਸਾਰਾ ਦਿਨ ਕੰਮ ਲਿਆ ਜਾਂਦਾ। ਕਿਉਂ ਹੈ ਸਮਗਲਿੰਗ? ਜਦੋਂ ਮੈਂ 2004 ਚ ਜਾਂਦਾ ਸੀ ਉੱਥੇ ਛੋਟੀ ਜਿਹੀ ਦੁਕਾਨ ਹੁੰਦੀ ਸੀ, ਇਹ ਬਿਜ਼ਨਸ ਚੱਲ ਪਏ। ਸਹੀ ਨੂੰ ਜਾਣ ਕੇ ਉਹਦੇ ਤੇ ਅਮਲ ਨਾ ਕਰਨਾ ਕਾਇਰਤਾ ਹੈ ਭਾਈ। 1 ਕਰੋੜ ਰੁਪਇਆ ਲਾਓ, ਜੇਲ੍ਹ ਨੂੰ ਸੈਟੇਲਾਈਟ ਨਾਲ ਸੀਲ ਕਰੋ, ਬੜਾ ਸੌਖਾ ਹੈ, ਉਹ ਘਰਾਂ 'ਚ ਵੀ ਨਹੀਂ ਜਾਂਦਾ। ਅਤੇ ਫਿਰ ਕਹੋ ਕਿਸੇ ਨੂੰ ਵੀ ਅੰਦਰੋਂ ਗੱਲ ਕਰਕੇ ਵਿਖਾਵੇ ਅਤੇ ਅੰਦਰੋਂ ਇੰਟਰਵਿਊ ਦੇ ਕੇ ਦਿਖਾਵੇ। ਮੈਂ ਕਹਿੰਦਾ ਫਿਰ ਜੇਲ੍ਹ ਜਿਹੜਾ ਹੈ ਨਾ ਉਹ ਸੁਧਾਰ ਘਰ ਬਣੂਗਾ। ਹੁਣ ਤਾਂ ਕ੍ਰਾਈਮ ਦੇ ਸੁਵਿਧਾ ਸੈਂਟਰ ਨੇ, ਅਪਰਾਧ ਦੇ ਸੁਵਿਧਾ ਸੈਂਟਰ ਬਣਾਤੇ ਤੁਸੀਂ ਕੀ? ਕਿਉਂਕਿ ਸਿਆਸਤਦਾਨ ਇਹੋ ਜਿਹੇ ਬੱਚਿਆਂ ਨੂੰ, ਭਟਕੇ ਨੌਜਵਾਨਾਂ ਨੂੰ ਵਰਤਦੇ ਆ, ਉਹਨਾਂ ਨੂੰ ਇਸਤੇਮਾਲ ਕੀਤਾ ਜਾਂਦਾ, ਉਹਨਾਂ ਦੇ ਨਾਮ ਦੇ ਉੱਤੇ ਆਪਣੇ ਮਨਸੂਬੇ ਸੈੱਟ ਕੀਤੇ ਜਾਂਦੇ ਆ। ਉਹਦੀ ਭੇਂਟ ਚੜ ਗਿਆ ਉਹ ਬੱਚਾ, ਸੱਚ ਬੋਲਣ ਵਾਲਾ ਸੀ, ਸਿੱਧੀ ਗੱਲ ਕਰਨ ਵਾਲਾ ਸੀ, ਹਿੱਕ ਚ ਵੱਜਦੀ ਹੈ ਜਿਹੜੀ, ਔਰ ਉਹਦੇ ਵਰਗਾ ਹੈ ਨਹੀਂ ਸੀ ਕੋਈ ਹੋਰ। ਇਹ ਬਹੁਤ ਸੀਰੀਅਸ ਇਸ਼ੂ ਹੈ ਸਾਹਿਬ। ਜਿੱਦਾਂ ਡਰੱਗ ਵਾਲੇ ਨੂੰ ਲੱਗਦਾ ਨਾ ਕਿਸੇ ਨੂੰ ਵੀ ਆਹ ਫਲਾਨਾ ਖਾਂਦਾ, ਸਾਡੇ ਤੇ ਵੱਲ ਕੋਈ ਰੋਲ ਹੀ ਨਹੀਂ, ਅਸੀਂ ਤਾਂ ਬੋਲੀਏ ਕਿਉਂ? ਪਰਿਵਾਰ ਦੀ ਏਕਤਾ ਸਿਰਜਣੀ ਪਊ। ਪੰਜਾਬ ਹਮੇਸ਼ਾ ਪਰਿਵਾਰ ਦੀ ਏਕਤਾ ਹੈ, ਸ਼ੇਰਾਂ ਦੀ ਕੌਮ ਹੈ, ਜ਼ੁਲਮ ਨੂੰ ਦੇਖ ਕੇ ਚੁੱਪ ਨਹੀਂ ਰਹਿ ਸਕਦਾ ਬੰਦਾ। ਕਿਉਂ ਰਹੀਏ ਚੁੱਪ? ਕਹਿੰਦੇ ਦਿੱਤਾ ਖਾਂਦੇ ਹਾਂ, ਦੁਨੀਆਂ ਨੂੰ ਰਜਾਇਆ, ਦੁਨੀਆਂ 'ਚ ਨਾਮ ਕਮਾਇਆ। ਅੱਜ ਸਾਡੇ ਸੂਬੇ ਨਾਲ ਇਹ ਹੋਊਗਾ ਕਿ ਸਾਡੇ ਸੂਬੇ ਨੂੰ ਇਹ ਦਿਖਾਇਆ ਜਾਊਗਾ ਵੀ ਇੱਥੇ ਰਹਿਣਾ ਠੀਕ ਨਹੀਂ। ਮਹਾਰਾਜ, ਅੱਜ ਮੈਂ CM ਸਾਹਿਬ ਨੂੰ ਸੁਣਿਆ ਸੀ ਕਿ ਅਸੀਂ ਅੰਗਰੇਜ਼ਾਂ ਨੂੰ ਲੈ ਕੇ ਆਵਾਂਗੇ ਇੱਥੇ, ਸੁਣਿਆ ਸੀ ਤੁਸੀਂ? ਮਿੱਤਰ ਪਿਆਰੇ, ਤੇਰੇ ਤਾਂ ਬੱਚੇ ਬਾਹਰ ਨੇ, ਛੋਟੇ ਵੀਰ। ਅੱਜ ਕੱਲ੍ਹ ਇਹ ਨਹੀਂ ਹੈ ਵੀ ਬਾਹਰ ਚਲਿਆ ਗਿਆ ਬੰਦਾ, ਉਹ ਬਾਹਰ ਜਾ ਕੇ 3-4 ਕਿੱਲੇ ਵਾਲਾ ਨਾ ਆਪਣੇ ਬਾਪੂ ਨੂੰ ਅਤੇ ਮੰਮੀ ਨੂੰ ਬੁਲਾਉਂਦਾ, ਕਹਿੰਦਾ ਉੱਥੇ ਆ, ਇੱਥੇ ਕੀ ਪਿਆ। ਇਹ ਹਾਲਾਤ ਨੇ, ਲੋਕ ਬਾਹਰ ਜਾਣ ਨੂੰ ਤਿਆਰ ਨੇ। ਅਤੇ ਜੇ ਇਸੇ ਤਰੀਕੇ ਦੇ ਨਾਲ ਐਂ ਚੱਲਦਾ ਰਿਹਾ ਤਾਂ ਪੰਜਾਬ 'ਚ ਰਹਿਣਾ ਔਖਾ ਹੋ ਜੂ। ਇਹੀ ਦਿਖਾਉਣਾ ਚਾਹੁੰਦੇ ਆ ਕੁਛ ਲੋਕ, ਇਹੀ ਦਿਖਾਉਣਾ ਚਾਹੁੰਦੇ ਆ, ਕਿਉਂਕਿ ਉਹਨਾਂ ਦੀ ਦਾਲ ਨਹੀਂ ਗਲਦੀ, ਉਹਨਾਂ ਦੀ ਦਾਲ ਨਹੀਂ ਗਲਦੀ, ਨਾ ਵੋਟ ਪਾਵੇ ਕੋਈ, ਨਾ ਗੱਲ, ਨਾ ਕੋਈ ਬਾਤ। ਮੈਂ ਪਹਿਲਾਂ ਵੀ ਕਿਹਾ, ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜੀਵੇ ਗੁਰਾਂ ਦੇ ਨਾਮ। ਦਰਬਾਰ ਸਾਹਿਬ ਜਾ ਕੇ ਦੇਖੋ, ਚਾਰੇ 4 ਵਰਨਾਂ ਨੂੰ ਚਾਰੇ ਚੀਜ਼ਾਂ ਖੁੱਲੀਆਂ, ਚਾਰੇ ਦਰਵਾਜ਼ੇ ਖੁੱਲ੍ਹੇ ਨੇ। ਜਿੰਨੇ ਸਿੱਖ ਹੋਣਗੇ ਉਨੇ ਹਿੰਦੂ ਭਰਾ ਹੋਣਗੇ। ਅਸੀਂ ਕਦੇ ਪੱਖਪਾਤ ਰੱਖਿਆ ਹੀ ਨਹੀਂ, ਅਸੀਂ ਕਦੇ ਵਿਤਕਰੇ ਰੱਖੇ ਹੀ ਨਹੀਂ। ਇਸ ਕਰਕੇ ਮੈਂ ਕਹਿੰਦਾ ਕਿ ਗੈਂਗਸਟਰਸ ਆਰ ਪੋਲੀਟੀਕਲ ਪੌਨਸ, ਮੋਰੇ ਪੋਲੀਟੀਕਲ ਪੌਨਸ, ਸੰਬੜੀ ਐਲਸ ਇਸ ਪੁਲਿੰਗ ਦ ਸਟ੍ਰਿੰਗਸ। ਵਰਨਾ ਮਜਾਲ ਕੀ ਹੈ ਮਹਾਰਾਜ, ਕਿ ਤੁਸੀਂ ਸਿੱਧੂ ਮੂਸੇ ਵਾਲੇ ਵਰਗੇ ਹੋਣਹਾਰ ਬੱਚੇ ਦੀ ਸਿਕਿਉਰਿਟੀ ਵਿਡਰਾਅ ਕਰੋ ਅਤੇ ਗੈਂਗਸਟਰਾਂ ਦੇ ਨਾਲ ਤੁਸੀਂ ਜ਼ੈੱਡ ਸਿਕਿਉਰਿਟੀ ਰੱਖੋ, ਲਾਰਜਰ ਦੈਨ ਲਾਈਫ ਪਿਕਚਰ ਪੇਂਟ ਕਰੋ, ਫਿਰ ਕਹੋ ਓ ਇਹਨਾਂ ਤੋਂ ਤਾਂ ਡਰ ਲੱਗਦਾ। ਭਟਕੇ ਹੋਏ ਨੌਜਵਾਨ ਨੇ, ਮੇਨ ਸਟ੍ਰੀਮ 'ਚ ਲਿਆਏ ਜਾ ਸਕਦੇ ਨੇ ਜੇ ਤੁਸੀਂ ਉਹਨਾਂ ਨੂੰ ਵਰਤੋ ਨਾ। ਫਿਰ ਜੱਜ ਜੀ ਕਰਦਾ ਤੇ ਤਾਂ ਜੀ ਅਸੀਂ ਲੱਭ ਲਿਆ ਸੀ ਖੜਕਾ, ਪਿੱਛੇ ਉਹੀ ਗੰਦੀ ਘਿਨੌਣੀ ਮਨਸੂਬਿਆਂ ਵਾਲੀ ਸਿਆਸਤ ਹੈ। ਮੈਂ ਕਹਿਣਾ ਚਾਹੁੰਦਾ ਕਿ ਮੈਂ ਵਿਰੋਧ ਕਰਦਾ, ਆਪਣੇ ਸੂਬੇ ਦੀ ਸਾਖ ਦੇ ਲਈ ਵਿਰੋਧ ਕਰਦਾ। ਮਹਾਰਾਜ, ਅੱਜ ਤੋਂ 15-20 ਸਾਲ ਕ੍ਰਿਕਟ ਪਹਿਲਾਂ ਜਦੋਂ ਖੇਡਦੇ ਹੁੰਦੇ, ਸਰਦਾਰ ਸਾਹਿਬ ਕਹਿ ਕੇ ਬਾਹਰ ਜਾਂਦੇ ਸੀ ਨਾ, ਸਰਦਾਰ ਸਾਹਿਬ ਕਹਿ ਕੇ ਲੋਕ ਗੱਲ ਕਰਦੇ ਸੀ, ਸਰਦਾਰ ਸਾਹਿਬ। ਹੁਣ ਇਹ ਕੀ ਨਾਮ ਵੱਜਣ ਲੱਗ ਗਿਆ ਸਾਡਾ? ਪੰਜਾਬ 'ਚ ਅਮਨਵਾਨ ਕਾਇਮ ਹੋਣਾ ਚਾਹੀਦਾ, ਨੌਜਵਾਨ ਸਹੀ ਰਾਹ 'ਤੇ ਪੈਣੇ ਚਾਹੀਦੇ ਹੈ, ਪੰਜਾਬ 'ਚ ਬਿਜ਼ਨਸ ਦੁਬਾਰਾ ਵਾਪਸ ਆ ਸਕਦਾ ਹੈ, ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਕੋਈ 1 ਕ੍ਰਾਈਮ ਨਹੀਂ ਹੋਵੇ ਜੇ ਤੁਸੀਂ ਅਸਲੀ ਚੀਜ਼ਾਂ ਕਰੋ। ਲੇਕਿਨ ਦਿਖਾਵੇ ਹੋ ਰਹੇ ਨੇ, ਆਰਥਿਕ ਵਿਕਾਸ ਦੀ ਰਾਹ ਦੇ ਉੱਤੇ ਪੰਜਾਬ ਵਾਪਸ ਆ ਸਕਦਾ ਹੈ ਜੇ ਅਸੀਂ ਇਸ ਹੋਣਹਾਰ ਆਈਕੋਨ ਜਿਹੜਾ ਮਰ ਕੇ ਵੀ ਜੀ ਗਿਆ, ਲੋਕਾਂ ਦੇ ਦਿਲਾਂ 'ਚ ਜੀ ਗਿਆ, ਜੇ ਉਹਦੀ ਮੌਤ ਤੋਂ ਅਸੀਂ ਸਬਕ ਲਈਏ। ਮੈਂ ਇਹ ਗੱਲਾਂ ਇਸ ਕਰਕੇ ਕਰ ਰਿਹਾ, ਇਹਦੇ 'ਚ ਮੇਰਾ ਕੋਈ ਸਵਾਰਥ ਨਹੀਂ, ਹੋ ਸਕਦਾ ਨੁਕਸਾਨ ਕਰ ਜਾਣ, ਪਰ ਕਾਇਰ ਆਦਮੀ ਤੇ ਰੋਜ਼ 50 ਵਾਰ ਮਰਦਾ ਯਾਰੋ, ਬਹਾਦਰ ਜੀਵਨ 'ਚ 1 ਵਾਰ।
मित्र प्यारिया मेरी सिक्योरिटी विड्रॉ करन दे नाल मैं चुप नहीं होना सच दी आवाज नू एक बुलेट प्रूफ गड्डी वापस लैण नाल तू दब नहीं सकदा कोई भी पंजाब समझदा है पंजाब देख रहा है पंजाब जानदा है और पंजाब नू पता है करा कौन रहा पंजाब नू पता है कौन करा रहा पंजाब ते जुल्म हुंदा है किसान उहदा परमानेंट प्रमाण ने कोई नहीं चाहुंदा भी महाराजा रणजीत सिंह दा सूबा जिहड़ी सूबी रह गई भी इत्थे अमन मान रहे खास तौर ते जदों इलैक्शन आउंदा है ते जिन्हां दे असल दे विच पोलिटिकली कुछ है नहीं जिन्हां दी अलायंस भी नहीं बन रही उहनां नूं मैं कहना कि कट्ठे होकर चलण दी जरूरत है यह सूबा अगर पार्टियां कट्ठे होकर इस सूबे वल देखण ते अगर इस सूबे दा असली पोटेंशियल रियलाइज किया जाए तो यह हिंदुस्तान नूं खड़ा कर सकता है यह सब तो वड्डी मंडी सी अमृतसर 35 देशों नूं व्यापार चलता सी ताले लाते साडियां किस्मतां ते ते अज यह लॉ एंड ऑर्डर की जिहड़ी गल है मैं यह कहना इट इज क्रिएटिड इन्हां ही शब्दां दे नाल मैं फिर भैन जी नूं कहना कि जे कुछ कहना चाहुण क्योंकि एक मां तो बड़ा कोई नहीं इन्हां शब्दां दे नाल मैं उन्हां नूं यह कहना कि तुसीं अगर कुछ कहना चाहो तो कह दिओ और मैं सीएम साहब नूं छोटे भरा की तरह यह भी कहना कि पुलिस दे विच बहुत काबिल लोग ने मैं कल भी कहा सी तेरे कोल तां मित्र प्यारे जिस बंदे नूं मैं चीफ मिनिस्टर दे नाल लड़के 3-4 वार अमृतसर दे विच सीपी लवाया सी तेरे कोल ते ओह है उही थोड़े खिलाफ बोली जांदा लॉ एंड ऑर्डर की अथॉरिटी है कुंवर विजय प्रताप कोई ये नहीं है भी जे विरोधी चंगा है तो मैं उन्हूं माड़ा कहां पुलिस नूं जदों पोलिटिसाइज कर दोगे पुलिस दे जदों हाथ बन दोगे तो सब तो एफिशिएंट पुलिस पंजाब की वह भी कमजोर लगेगी पुलिस कमजोर नहीं है मित्रा कमजोर करने वाले ऑर्डर होंगे समझे हो इस करके मैं बेनती करदा कि ट्राई टेस्टेड प्रूवन जिहड़ियां साडियां संस्थावां ने इन्हां नूं गुलाम ना बनाओ इन्हां नूं इंडिपेंडेंटली फंक्शन करन दिओ ते सब दुध दा दुध हो जूगा पानी दा पानी लो भैन जी तुसीं अगर कुछ धन्नवाद जी बहुत बहुत सिद्धू साहब दे नाल सारे समुचे आगू साहिबानां दा ਸਮੁੱਚੀ ਮੀਡੀਆ ਟੀਮ ਦਾ ਪੱਤਰਕਾਰ ਭਰਾਵਾਂ ਦਾ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਸਾਰਿਆਂ ਨੇ ਟਾਈਮ ਕੱਢਿਆ ਵੈਸੇ ਤਾਂ ਸਾਰੀਆਂ ਗੱਲਾਂ ਮਤਲਬ ਜੀ ਨੇ ਕਲੀਅਰ ਕਰ ਹੀ ਕੀਤੀਆਂ ਇਹਦੇ ਵਿੱਚ ਪਰ ਮੇਰਾ ਸਭ ਤੋਂ ਜਿਹੜਾ ਇੱਕ ਇੰਪੋਰਟੈਂਟ ਇਹ ਗੱਲ ਹੈ ਵੀ ਵੀਡੀਓ ਆਈ ਹੈ ਲਾਰੈਂਸ ਦੀ ਅੱਜ 20 ਦਿਨ ਹੋ ਗਏ ਕੋਰਟ ਦੇ ਵਿੱਚ ਜਾਂਦੇ ਹਾਂ ਤਾਂ ਕਹਿ ਦਿੰਦੇ ਆ ਵੀ ਕਮੇਟੀ ਬਣਾ ਦਿੱਤੀ ਡੀਜੀਪੀ ਜੇਲ੍ਹਾਂ ਨੇ ਮੈਂ ਤੁਹਾਡੇ ਪ੍ਰੈਸ ਦੇ ਮਾਧਿਅਮ ਨਾਲ ਸਰਕਾਰ ਤੋਂ ਪੁੱਛਣੀ ਚਾਹੁੰਦਾ ਵੀ ਰਿਪੋਰਟ ਕਦੋਂ ਤੱਕ ਆ ਜਾਊਗੀ ਕਮੇਟੀ ਤੁਸੀਂ ਬਣ ਗਈ ਚੰਗੀ ਗੱਲ ਹੈ ਜਾਂਚ ਤੁਸੀਂ ਕਰਨੀ ਹੈ ਪਰ ਮਹੀਨਾ 20 ਦਿਨ 2 ਮਹੀਨੇ ਕੋਈ ਟਾਈਮ ਤਾਂ ਦੇ ਦਿਓ ਵੀ ਕਦੋਂ ਤੱਕ ਰਿਪੋਰਟ ਆ ਜਾਊਗੀ ਜਾਂ ਤੁਹਾਨੂੰ ਪਤਾ ਹੀ ਨਹੀਂ ਹੈ ਕਿ ਦੋਸ਼ੀ ਤੁਹਾਡੇ ਕੋਲੇ ਨਹੀਂ ਹੈ ਲਾਰੈਂਸ ਤੁਹਾਡੀ ਕਸਟਡੀ 'ਚ ਨਹੀਂ ਹੈ ਉਹਨੂੰ ਪ੍ਰੋਟੈਕਸ਼ਨ ਬ੍ਰਾਂਡ 'ਤੇ ਲਿਆ ਕੇ ਪੁੱਛਿਆ ਨਹੀਂ ਜਾ ਸਕਦਾ ਕਿੱਥੋਂ ਜਾਂਚ ਕਰੋਗੇ ਸਾਰੀਆਂ ਗੱਲਾਂ ਨੂੰ ਟਾਲ ਪਟੋਲ ਕਰਨ ਵਾਲੀ ਗੱਲ ਨਾ ਕਰੋ ਕਿਉਂਕਿ ਪਹਿਲੇ ਦਿਨ ਤੋਂ ਹੀ ਸੀਐਮ ਸਾਹਿਬ ਨੇ ਕਿਹਾ ਸੀ ਮੈਂ ਜਿਹੜਾ ਜੁਡੀਸ਼ੀਅਲ ਕਮਿਸ਼ਨ ਬਿਠਾ ਦੂੰਗਾ ਜਿਹਨੇ ਸਕਿਉਰਿਟੀ ਲੈਪਸ ਕੀਤੀ ਅਸੀਂ ਉਹਨਾਂ ਅਫਸਰਾਂ ਨੂੰ ਸਜ਼ਾ ਦੇਵਾਂਗੇ ਨਾ ਅੱਜ ਤੱਕ ਜੁਡੀਸ਼ੀਅਲ ਕਮਿਸ਼ਨ ਬਣਿਆ ਸਿਟਿੰਗ ਜੱਜ ਦੀ ਬਜਾਏ ਰਿਟਾਇਰ ਦਾ ਵੀ ਬਣਿਆ ਉਹ ਗੱਲ ਉੱਥੇ ਦੀ ਉੱਥੇ ਹੈ ਹੁਣ ਵੀਡੀਓ ਆਈ ਹੈ ਉਹ ਇਨਵੈਸਟੀਗੇਸ਼ਨ ਜਿਹੜੀ ਹੈ ਟੀਮ ਬਣਾ ਕੇ ਛੱਡਤੀ ਹੈ ਉਹਦੀ ਰਿਪੋਰਟ ਨਹੀਂ ਆਉਣੀ ਹੈ ਫਿਰ ਦੇਖੋ ਤੁਹਾਡੇ ਸਾਹਮਣੇ ਅਸੀਂ ਇੱਕ ਸਹਿਜ ਪਾਠ ਦਾ ਭੋਗ ਪਾਇਆ ਕਿੱਦਾਂ ਜੰਗ ਵਰਗੇ ਹਾਲਾਤ ਬਣਾਤੇ ਕਿ ਅੰਮ੍ਰਿਤਪਾਲ ਨੂੰ ਉਸ ਤੋਂ ਅੱਗੇ ਜਾਂ ਪਿੱਛੇ ਪੜਿਆ ਨਹੀਂ ਜਾ ਸਕਦਾ ਸੀ ਸਾਡਾ ਉਹ ਸੀ ਨਾ ਕੀ ਰਿਲੇਸ਼ਨ ਸੀ ਮਾਨਸਾ ਜ਼ਿਲ੍ਹੇ ਦੇ ਵਿੱਚ ਕਿਹੜੀ ਆਫਤ ਆਈ ਹੋਈ ਸੀਗੀ ਵੀ ਜਿਹੜੇ ਕਰਫਿਊ ਵਰਗੇ ਹਾਲਾਤ ਪੈਦਾ ਕੀਤੇ ਸਾਡਾ ਲੱਖਾਂ ਰੁਪਈਆਂ ਦਾ ਰਾਸ਼ਨ ਜਿਹੜਾ ਅਸੀਂ ਗਊਸ਼ਾਲਾ ਨੂੰ ਪਾ ਕੇ ਆਏ ਵੇਸਟ ਹੋ ਗਿਆ ਸਾਰਾ ਸਾਰੀ ਰਾਤ ਦੇ ਅਸੀਂ 3 ਲੱਖ ਬੰਦੇ ਦਾ ਇੰਤਜ਼ਾਮ ਕੀਤਾ ਸੀ ਬੜੀ ਮੁਸ਼ਕਲ ਨਾਲ 60-70 ਹਜ਼ਾਰ ਬੰਦਾ ਉੱਥੇ ਪਹੁੰਚਣ ਦਿੱਤਾ ਗਿਆ ਵੀ ਇਹੋ ਜਿਹੇ ਕੱਥ ਤੁਸੀਂ ਕਿੱਥੋਂ ਰੋਕ ਲਓਗੇ ਮੈਂ ਸੀਐਮ ਸਾਹਿਬ ਇੰਨੀ ਗੱਲ ਪੁੱਛਣਾ ਚਾਹੁੰਦਾ ਵੀ ਉਹ ਕੱਥ ਸਾਡਾ ਪਹਿਲਾਂ ਨਹੀਂ ਸੀ ਨਾ ਉਹ ਆਖਰੀ ਹੈ ਕੱਥ ਹੋਣਗੇ ਜੇ ਤੁਸੀਂ ਆਪਣਾ ਵਤੀਰਾ ਨਾ ਬਦਲੀ ਕੀਤਾ ਤੁਹਾਨੂੰ ਅਸੀਂ ਸਿਰਫ ਇੱਕੋ ਛੋਟੀ ਜਿਹੀ ਗੱਲ ਹੈ ਬੜੀ ਸਿੰਪਲ ਗੱਲ ਹੈ ਅਸੀਂ ਇੱਕੋ ਗੱਲ ਕਹਿੰਦੇ ਹਾਂ ਵੀ ਜਿਹੜੇ ਅਸੀਂ ਨਾਮਚਾਰ ਦਿੰਦੇ ਇਹਨਾਂ ਨੂੰ ਨਾਮਜ਼ਦ ਕਰ ਦਿਓ ਤੁਸੀਂ ਆਪਣੀ ਪੱਧਰ 'ਤੇ ਇਨਵੈਸਟੀਗੇਸ਼ਨ ਕਰ ਲਓ ਜੇ ਕੋਈ ਬੰਦਾ ਨਿਰਦੋਸ਼ ਹੈ ਉਹਨੂੰ ਛੱਡ ਦਿਓ
ਜੇ ਤੁਹਾਡੇ ਤੋਂ ਵੀ ਨਾ ਛੁੱਟੂਗਾ ਕਿ ਕੋਰਟ ਪਈ ਹੈ ਅਦਾਲਤ ਤੋਂ ਬਰੀ ਹੋ ਜਾਊਗਾ ਬੰਦਾ ਨਿਆਂ ਪ੍ਰਣਾਲੀ ਤੇ ਤਾਂ ਵਿਸ਼ਵਾਸ ਹੈ ਨਾ ਉਹ ਸਾਰਿਆਂ ਨੂੰ ਤਾਂ ਯਾਰ ਮੇਰਾ ਜਵਾਨ ਪੁੱਤ ਮਰਿਆ ਮੈਂ ਕਿਸੇ ਤੇ ਸ਼ੱਕ ਤਾਂ ਕਰ ਹੀ ਸਕਦਾ ਇੰਨੀਆਂ ਕੁ ਮੇਰੀਆਂ ਬੇਨਤੀਆਂ ਨੇ ਮੈਂ ਰੋਜ਼ ਐਤਵਾਰ ਨੂੰ ਇੱਕੋ ਗੱਲ ਦੇ ਉੱਤੇ ਬਿਲਕਦਾ ਰਹਿੰਦਾ ਵੀ ਤੁਸੀਂ ਅਮਲ ਕਰ ਲਓ ਅਸੀਂ ਇਸ ਦੇਸ਼ ਦੇ ਜ਼ਿੰਮੇਵਾਰ ਨਾਗਰਿਕ ਹਾਂ ਮੈਂ ਸਾਬਕਾ ਫੌਜੀ ਹਾਂ ਮੈਂ ਆਪਣੀ ਜ਼ਿੰਦਗੀ ਦਾ ਕੀਮਤੀ ਸਮਾਂ ਤੁਹਾਡੇ ਵਰਕਰਾਂ ਤੇ ਲਾਇਆ ਤੁਸੀਂ ਨੈਸ਼ਨਲ ਜਿਹੜਾ ਰਾਸ਼ਟਰਵਾਦੀ ਲਾਰੈਂਸ ਨੂੰ ਨਾ ਕਹੋ ਸਾਨੂੰ ਕਹੋ ਅਸੀਂ ਰਾਸ਼ਟਰਵਾਦੀ ਹਾਂ ਅਸੀਂ ਆਪਣੀ ਕੰਡਮ ਹੋ ਕੇ ਫੌਜ ਚੋਂ ਘਰੇ ਆਇਆ ਮੈਂ ਅਸੀਂ ਸਾਰੀ ਜਵਾਨੀ ਫੌਜ ਦੇ ਲੇਖੇ ਲਾਈ ਆ ਵੀ ਉਹ ਗੁੰਡੇ ਸਾਡੇ ਰਾਸ਼ਟਰਵਾਦੀ ਬਣ ਗਏ ਇੱਧਰ ਉਹਨੂੰ ਗਊ ਕਹਿੰਦਾ ਮੈਂ ਗਊਸ਼ਾਲਾ ਖੋਲੂਗਾ ਜੇ ਦੋ ਗਊਸ਼ਾਲਾ ਖੋਲੂਗਾ ਤਾਂ ਉਹਦੇ ਬਾਕੀ ਜਿੰਨੇ ਕਤਲ ਕਰੂਗਾ ਸਾਰੇ ਮਾਫ ਹੋ ਜਾਣਗੇ ਖੇਡਾ ਨਾ ਖੇਡੋ ਮੈਂ ਕਹਿੰਦਾ ਰਾਜਨੀਤੀ ਕਰਨੀ ਹੈ ਜੀ ਸੜਕੇ ਕਰੋ ਰਾਜ ਭਾਗ ਆਉਂਦੇ ਜਾਂਦੇ ਰਹਿੰਦੇ ਨੇ ਪਰ ਸਾਡੇ ਇਕਲੌਤੇ ਜਵਾਕਾਂ ਦੀਆਂ ਜਾਨਾਂ ਨਾਲ ਨਾ ਖੇਡੋ ਮੇਰੀ ਤੁਹਾਡੇ ਹੱਥ ਬੰਨ ਕੇ ਬੇਨਤੀ ਹੈ ਅਸੀਂ ਬੜੀ ਮੁਸ਼ਕਲ ਨਾਲ ਦੋਨਾਂ ਜੀਆਂ ਨੇ ਲੇਬਰ ਕਲਾਸ ਦੇ ਕੰਮ ਕਰ ਕਰਕੇ ਜਵਾਕ ਪੜ੍ਹਾਇਆ ਸੀ ਬੀਟੈਕ ਦਾ ਕਰ ਔਰ ਜਦੋਂ ਅਸੀਂ ਕਾਮਯਾਬ ਹੋਏ ਤਾਂ ਸਾਡਾ ਜਵਾਕ ਤੁਸੀਂ ਇੰਨੀ ਬੇਰਹਿਮੀ ਦੇ ਨਾਲ ਮਾਰਿਆ ਕਿ ਕੋਈ ਬੰਦਾ ਜਾਨਵਰ ਨੂੰ ਵੀ ਨਹੀਂ ਉਹਦਾ ਕਤਲ ਨਹੀਂ ਕਰਦਾ ਹੁਣ ਇਨਵੈਸਟੀਗੇਸ਼ਨ ਕਰਦੇ ਹਾਂ ਤਾਂ ਅਸੀਂ ਬਗਾਨਿਆਂ ਵਾਂਗੂ ਤੁਹਾਡੀਆਂ ਮਿੰਨਤਾਂ ਕਰੀ ਜਾਂਦੇ ਸਾਰੀਆਂ ਗੱਲਾਂ ਵੀਰ ਨੇ ਕਹੀਆਂ ਨੇ ਮੈਂ ਭਵਿੱਖ ਦੇ ਵਿੱਚ ਵੀ ਇਹਨਾਂ ਤੋਂ ਆਪਣੀ ਹੈਲਪ ਦੀ ਉਮੀਦ ਰੱਖੂੰਗਾ ਵੀ ਮੈਂ ਜਦੋਂ ਕਿਤੇ ਯਾਦ ਕਰਾਂ ਤਾਂ ਵੀਰ ਭਰਾ ਮੇਰੀ ਮਦਦ ਕਰਨਗੇ ਤੇ ਸਾਰੀ ਸਮੁੱਚੀ ਟੀਮ ਜਿਹੜੀ ਇਹਨਾਂ ਨੇ ਨਾਲ ਆਈ ਹੈ ਸਾਰੇ ਆਗੂ ਸਾਹਿਬ ਸਾਰਿਆਂ ਦਾ ਮੈਂ ਇੱਥੇ ਪਹੁੰਚਣ ਤੇ ਸਾਰੇ ਪ੍ਰੈਸ ਵਾਲੇ ਵੀਰਾਂ ਦਾ ਤੁਹਾਡਾ ਤਹਿ ਦਿਲੋਂ ਸਤਿਕਾਰ ਕਰਦਾ ਵੀ ਤੁਸੀਂ ਅੱਜ ਮੇਰੇ ਸੱਥਰ ਤੇ ਆ ਕੇ ਮੇਰੇ ਦੁੱਖ ਨਾਲ ਸਾਂਝਾ ਕੀਤਾ ਮੇਰੇ ਨਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਭਾਜੀ ਨੂੰ ਭਾਜੀ ਨੇ ਮੈਨੂੰ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਸਿੱਧੂ ਮੈਂ ਚੱਟਾਨ ਵਾਂਗ ਖੜਾ ਤੁਹਾਡੇ ਨਾਲ ਚੱਟਾਨ ਵਾਂਗ ਮੈਨੂੰ ਇੱਕੋ ਚੀਜ਼ ਆਉਂਦੀ ਹੈ ਸੱਚ ਕਹਿਣਾ ਸੱਚ ਸੁਣਨ ਦਾ ਕਿਸੇ 'ਚ ਮਾਦਾ ਨਹੀਂ ਮੇਰਾ ਕਸੂਰ ਨਹੀਂ ਮੈਂ ਕਿਸੇ ਅਹੁਦੇ ਲਈ ਕਿਸੇ ਪੋਸਟ ਲਈ ਕਿਸੇ ਚੀਜ਼ ਲਈ ਨਹੀਂ ਲੜ ਰਿਹਾ ਅਗਲੀ ਪੀੜ੍ਹੀ ਲਈ ਲੜ ਰਿਹਾ ਅੱਜ ਅਖੀਰ 'ਚ ਸਵਾਲ ਇਹ ਫੇਰ ਪੁੱਛਦਾ ਮੈਂ ਔਰ ਐਂਡ ਕਰਦਾ ਇੱਥੇ ਸਮਝੇ ਨਹੀਂ ਕਿਉਂਕਿ ਮੈਂ ਐਡਰੈਸ ਕਿਹਾ ਸੀ ਮੈਂ ਕਿਸੇ ਪਾਸੇ ਹੋਰ ਭਟਕਾਉਣਾ ਨਹੀਂ ਚਾਹੁੰਦਾ ਇਸ ਮੁੱਦੇ ਨੂੰ ਕਿਤੇ ਕੋਈ ਹੋਰ ਸਵਾਲ ਕਰੂ ਕੋਈ ਹੋਰ ਕਰੂ ਮੈਂ ਚਾਹੁੰਦਾ ਇਹ ਜਦੋਂ ਸਵਾਲ ਲੈਣ ਦੀ ਵਾਰੀ ਆਊ ਮੈਂ ਬਿਲਕੁਲ ਲਊ ਔਰ ਟਕਾ ਕੇ ਲਊ ਯਾਦ ਰੱਖਿਓ ਮੈਂ ਕਦੇ ਭੱਜਿਆ ਨਹੀਂ ਸਵਾਲਾਂ ਸਕੂਲਾਂ ਤੋਂ ਮਤਲਬ ਅੱਜ ਵਿਡੰਬਣਾ ਹੈ ਪੰਜਾਬ ਪੁੱਛਦਾ ਕਿ ਸਰਕਾਰਾਂ ਕਰਾਉਣ ਵਾਲੀਆਂ ਨੇ ਜਾਂ ਬਚਾਉਣ ਵਾਲੀਆਂ ਨੇ ਦੇਖੋ ਕਿੱਡੀ ਵੱਡੀ ਗੱਲ ਹੈ ਕਿ ਸੋਚੀ ਸਮਝੀ ਸਾਜਿਸ਼ ਦੇ ਤਹਿਤ ਲੋਕਤੰਤਰ ਨੂੰ ਭੈ ਤੰਤਰ ਤਾਂ ਨਹੀਂ ਬਣਾਇਆ ਜਾ ਰਿਹਾ ਵੀ ਵੰਡ ਦੀਏ ਜਿਹੜੀ ਅੰਬੇਡਕਰ ਸਾਹਿਬ ਨੇ ਉਹ ਫਰਟਰਨਿਟੀ ਰਚੀ ਸੀ ਵੀ ਅਸੀਂ ਸਾਡੀਆਂ ਅੱਡ ਅੱਡ ਜ਼ਬਾਨਾਂ ਹੋ ਸਕਦਾ ਸਾਡਾ ਅੱਡ ਅੱਡ ਕਲਚਰ ਹੋ ਸਕਦਾ ਪਰ ਅਸੀਂ ਇੱਕ ਪਰਿਵਾਰ ਹਾਂ ਇੱਕ ਧਾਗੇ 'ਚ ਅੱਡ ਅੱਡ ਮਣ ਕੇ ਪਰੋਏ ਹੋਏ ਪਰ ਅਸੀਂ ਪਰਿਵਾਰ ਦੀ ਏਕਤਾ 'ਚ ਸਿਰਜੇ ਹੋਏ ਹਾਂ ਇਹ ਗੁਰੂਆਂ ਦੀ ਪ੍ਰੇਰਣਾ ਹੈ ਸਿੱਧੂ ਨੂੰ ਵੀ ਗੁਰੂਆਂ ਦੀ ਪ੍ਰੇਰਣਾ ਹੈ ਸਮਝੋ ਨਹੀਂ ਬੰਦ ਬੰਦ ਕਟਵਾਏ ਅਰਦਾਸਾਂ 'ਚ ਆਉਂਦਾ ਖੋਪੜੀਆਂ ਲਾਈਆਂ ਆਰਿਆਂ ਨਾਲ ਚਰਾਏ ਪਰ ਧਰਮ ਨਹੀਂ ਹਾਰਿਆ ਝੰਡੇ ਬੋਂਗੇ ਜੁਗੋ ਜੁਗ ਅਟਲ ਕੋਈ ਤੇ ਹੈ ਜਿਹਨੂੰ ਪਤਾ ਮੌਤ ਅਟਲ ਸੱਚ ਹੈ ਧਰਮ ਕਾ ਜੈਕਾਰ ਰਾਸ਼ਟਰ ਧਰਮ ਦੀ ਇਸ ਲੜਾਈ 'ਚ ਸੱਚ ਦੀ ਰਾਹ ਦੇ ਉੱਤੇ ਤਰੇਗਾ ਨਵਜੋਤ ਸਿੰਘ ਸਿੱਧੂ ਫਿਰ ਨਫਾ ਨੁਕਸਾਨ ਜੋ ਹੁੰਦਾ ਹੋਵੇ ਆ ਜਿਹੜੇ 13 ਵੀ ਹੈ ਨਾ ਇਹ ਵੀ ਲੈ ਜਾ ਮਿੱਤਰ ਪਿਆਰੇ ਰੱਖ ਤੇ ਸਿੱਧੂ ਫੇਰ ਖੜਾ ਹੋਊਗਾ ਕਿਉਂਕਿ ਅਗਲੀ ਪੀੜ੍ਹੀ ਜੇ ਮੈਂ ਚੁੱਪ ਰਿਹਾ ਮਾਫ਼ ਨਹੀਂ ਕਰੇ ਬਹੁਤ ਬਹੁਤ